ਸਾਲੀ ਅੰਨੀ ਹੋ ਗਈ ਦੁਨੀਆ ਆਪਸ ਚ, ਸਾਰਾ ਕੁਝ ਭੁੱਲ ਗਏ। ਕੋਈ ਰਿਸ਼ਤਾ ਨਹੀਂ, ਕੋਈ ਨਾਤਾ ਨਹੀਂ, ਕੋਈ ਚਾਚੀ ਨਹੀਂ, ਕੋਈ ਤਾਈ ਨਹੀਂ। ਸਾਲਿਆਂ ਨੂੰ ਇੱਕੋ ਚੀਜ਼ ਚਾਹੀਦੀ ਹੈ, ਬਸ ਟੀਵੀ। ਅੱਜ ਤੁਹਾਨੂੰ ਐਸੀ ਹੀ ਇੱਕ ਕਹਾਣੀ ਦਿਖਾਵਾਂਗੇ ਜਿਸ ਦੇ ਵਿੱਚ ਆਪਸ ਦੇ ਵਿੱਚ ਅੰਨੀ ਹੋਈ ਇੱਕ ਮਾਂ ਨੇ ਆਪਣੀ ਔਲਾਦ ਨੂੰ ਵੀ ਨਹੀਂ ਬਖਸ਼ਿਆ। ਹਾਂਜੀ, ਕਿੰਨੇ ਵਜੇ ਦੀ ਘਟਨਾ ਇਹ? ਤਕਰੀਬਨ 4 ਵਜੇ ਦੀ। ਉਹ ਨਾਲ ਦੀ ਦੁਕਾਨ ਤੋਂ ਚੀਜ਼ ਲੈਣ ਗਿਆ ਸੀ, ਮੁੜ ਕੇ ਘਰ ਹੀ ਨਹੀਂ ਆਇਆ। ਸਾਰੇ ਥਾਂ ਲੱਭ ਲਿਆ ਜੀ ਅਸੀਂ ਤਾਂ। ਤੁਹਾਡੀ ਕਿਸੇ ਨਾਲ ਬਹਿਸਬਾਜ਼ੀ ਹੋਈ ਹੋਵੇ ਜਾਂ ਕਿਸੇ ਨਾਲ ਕੋਈ ਲਾਗਡਾਟ? ਲਾਗਡਾਟ ਤਾਂ ਕਿਸੇ ਨਾਲ ਨਹੀਂ ਜੀ, ਪਰ ਕੁਝ ਮਹੀਨੇ ਪਹਿਲਾਂ ਪੈਸਿਆਂ ਦੇ ਲੈਣ ਦੇਣ ਕਰਕੇ ਸਾਡੇ ਗਵਾਂਢੀ ਚੰਦੂ ਨਾਲ ਸਾਡੀ ਜ਼ਰੂਰ ਬਹਿਸਬਾਜ਼ੀ ਹੋਈ ਸੀ। ਮੇਰੂ, ਉਹ ਮੇਰੂ ਗੱਲ ਸੁਣ। ਹਾਂ ਬਾਈ। ਮੇਰੂ, ਤੂੰ ਮੇਰੇ ਪੈਸੇ ਦੇਣੇ ਕਿ ਨਹੀਂ ਦੇਣੇ? ਦੇ ਦਾਂਗੇ ਤੁਹਾਡੇ ਪੈਸੇ, ਐਂ ਪਿੰਡ ਛੱਡ ਕੇ ਤਾਂ ਨਹੀਂ ਭੱਜਣ ਲੱਗੇ ਅਸੀਂ? ਐਂ ਘਰੇ ਆ ਕੇ ਧਮਕੀ ਦੇਣ ਨਾਲ ਤੁਹਾਡੇ ਪੈਸੇ ਮਿਲ ਜਾਣਗੇ? ਮੇਰੀ ਗੱਲ ਸੁਣ ਲਓ ਦੋਹੇ ਜਣੇ, ਇੱਕ ਮਹੀਨੇ ਵਾਸਤੇ ਪੈਸੇ ਲਏ ਤੁਸੀਂ ਨੇ, 8 ਮਹੀਨੇ ਹੋ ਗਏ ਅੱਜ, ਮੇਰੇ ਪੈਸੇ ਮੋੜ ਦਿਓ। ਉਹ ਬਾਈ ਦੇ ਦਾਂਗੇ, ਜੇ ਨਾ ਦੇ ਗਏ ਫਿਰ ਕਿਹੜਾ ਤੂੰ ਸਾਨੂੰ ਮਾਰ ਦੇਗਾ ਜਾਂ ਸਾਡੇ ਬੱਚੇ ਨੂੰ ਮਾਰ ਦੇਗਾ? ਜਦ ਤੈਨੂੰ ਕਹਿਦਾ ਵੀ ਤੇਰੇ ਪੈਸੇ ਦੇਣੇ ਆ, ਅਸੀਂ ਦੇ ਦਾਂਗੇ। ਇੱਕ ਹਫ਼ਤੇ ਦਾ ਟਾਈਮ ਹੈ ਤੁਹਾਡੇ ਕੋਲ, ਜੇ ਮੇਰੇ ਹਫ਼ਤੇ 'ਚ ਵੈਸੇ ਮੋੜ 'ਤੇ ਠੀਕ ਆ ਨਹੀਂ, ਬਾਅਦ ਦੇ ਵਿੱਚ ਚੀਕਾਂ ਨਾ ਮਾਰਿਓ, ਆਹ ਕਰਤਾ ਨਾਲੇ ਉਹ ਕਰਤਾ। ਕੀ ਕਰੀਏ ਹੁਣ? ਉਦੋਂ ਫਿਕਰ ਨਾ ਕਰ, ਮੈਂ ਠੇਕੇਦਾਰ ਨਾਲ ਕਰੂੰਗਾ ਗੱਲ, ਜੇ ਥੋੜ੍ਹੇ ਬਹੁਤੇ ਪਹਿਲਾਂ ਪੈਸੇ ਦਿੱਤੇ ਉਹਨੇ। ਚੱਲ ਠੀਕ ਹੈ। ਹਾਂ ਚੱਲ, ਮਹਾਰਾਜ ਜੀ ਗਰੀਬ ਬੰਦੇ ਹਾਂ, ਦਿਹਾੜੀ ਦੱਪਾ ਕਰਕੇ ਜਵਾਕਾਂ ਦਾ ਪੇਟ ਭਰਦੇ ਹਾਂ। ਬਸ ਮੇਰੇ ਬੱਚੇ ਨੂੰ ਲੱਭ ਦਿਓ ਮਹਾਰਾਜ, ਪਤਾ ਨਹੀਂ ਕੀ ਹੋਇਆ, ਕੌਣ ਲੈ ਗਿਆ, ਕਿੱਥੇ ਟੋਲੀਏ, ਉਹਨੂੰ ਸਮਝ ਨਹੀਂ ਆ ਰਹੀ ਕੁਛ। ਹੁਣ ਤਾਂ ਤੁਹਾਡੇ ਤੋਂ ਆਸਾਨ ਹੈ, ਬਸ ਭਰੋਸਾ ਤੁਹਾਡੇ 'ਤੇ। ਚਲੋ ਤੁਸੀਂ ਇੱਦਾਂ ਕਰੋ, ਰਿਪੋਰਟ ਲਿਖਾਓ, ਬਾਕੀ ਪੁਲਿਸ ਪੂਰੀ ਕਰੂਗੀ ਛਾਨਬੀਨ। ਹਰਪਾਲ। ਹਾਂਜੀ। ਇਹਨਾਂ ਦੀ ਰਿਪੋਰਟ ਲਿਖ ਲਾ। ਠੀਕ ਹੈ ਜੀ। ਅੱਛਾ, ਤੁਹਾਡੇ ਕੋਲ ਬੱਚੇ ਦੀ ਫੋਟੋ ਹੈਗੀ ਕੋਈ? ਹਾਂ ਜੀ, ਮੇਰੇ ਫੋਟੋ 'ਚ ਹੈਗੀ ਹੈ ਜੀ। ਆਇਆ ਜੀ, ਬਸ ਉਹਦੇ ਸਕੂਲ ਦੇ ਫਾਰਮ 'ਤੇ ਲਾਈ ਤੀ, ਆ ਬੱਚ ਦੀ ਫੋਟੋ ਹੈ ਜੀ। ਹਰਪਾਲ, ਇਹਦੀ ਫੋਟੋ ਖਿੱਚ ਲਾ ਫੋਨ 'ਚ, ਠੀਕ ਆ, ਕਿਤੇ ਲੋੜ ਪੈ ਜਾਂਦੀ ਆ। ਹਰਪਾਲ। ਹਾਂਜੀ। ਇਹ ਆਪਣੇ ਇਲਾਕੇ 'ਚ ਕਿਹੜਾ ਕਿਡਨੈਪਰ ਜੰਮ ਪਿਆ ਹੋਏ? ਉਹ ਜਨਾਬ ਚਲੋ, ਏ ਕਿਉਂ ਧੱਕਾ ਕਰਿਆ ਜੀ ਮੇਰਾ? ਕਸੂਰ ਨੂੰ ਕਹੀ ਜੋ ਕਹਿਣਾ, ਦੱਸਿਓ ਕਸੂਰ ਕੀ ਹੈ ਜੀ ਮੇਰਾ? ਮੇਰਾ ਕਸੂਰ ਕੀ ਹੈ ਜੀ? ਕੀ ਨਾਂ ਤੇਰਾ? ਓਏ ਚੰਦਰ ਕੁਮਾਰ ਹੈ ਜਨਾਬ। ਮੈਂ ਕੀ ਕਰਿਆ ਜੀ? ਮੈਂ ਕੀਤਾ ਕੀ ਹੈ ਜੀ? ਕੋਈ ਨਾ, ਉਹ ਵੀ ਦੱਸ ਦਿੰਦੇ ਕੀ ਕੀਤਾ ਤੂੰ। ਆ ਬੱਚਿਆਂ ਨੂੰ ਜਾਣਦਾ?
ਹਾਂਜੀ ਜਾਣਦਾ ਜਨਾਬ, ਇਹ ਤਾਂ ਮੇਰੇ ਦਾ ਮੁੰਡਾ ਜੀ। ਵੈਰੀ ਗੁੱਡ। ਹੁਣ ਇਹ ਵੀ ਦੱਸ ਦੇ ਇਹਨੂੰ ਕਿਡਨੈਪ ਕਰਕੇ ਕਿੱਥੇ ਰੱਖਿਆ ਹੋਇਆ। ਜਨਾਬ ਆਹ ਕੀ ਕਹੀ ਜਾਂਦੇ ਹੋ ਜੀ, ਮੈਂ ਕਿਸੇ ਦੇ ਜਵਾਕ ਨੂੰ ਕਿਉਂ ਚੱਕੂੰਗਾ ਜੀ। ਦੇਖ ਮੇਰਾ ਦਿਮਾਗ ਨਾ ਖਰਾਬ ਕਰ, ਬੰਦਾ ਬਣ ਕੇ ਦੱਸ ਦੇ, ਨਹੀਂ ਮਾਰ ਮਾਰ ਸਾਲਦਾ ਤੂੰ ਕੱਢ ਦੂੰਗਾ ਮੈਂ। ਸਾਲਿਆ ਇਹ ਬੱਚਾ 3 ਦਿਨ ਤੋਂ ਗੁੰਮਾ, ਕੁਛ ਚਿਰ ਪਹਿਲਾਂ ਉਹਨਾਂ ਨਾਲ ਤੇਰੀ ਲੜਾਈ ਹੋਈ ਸੀ, ਤੂੰ ਉਹਨਾਂ ਨੂੰ ਧਮਕੀ ਵੀ ਦਿੱਤੀ ਆ ਵੀ ਜੇ ਮੈਂ ਕੁਛ ਕਰਤਾ ਫਿਰ ਚੀਕਾਂ ਨਾ ਮਾਰਿਓ, ਯਾਦ ਆ? ਇਹ ਗੱਲ ਸੱਚ ਹੈ, ਸਾਡੀ ਵੈਸਬਾਜ਼ੀ ਹੋਈ ਸੀ ਜੀ, ਉਹ ਤਾਂ ਪੈਸਿਆਂ ਦਾ ਲੈਣ ਦੇਣ ਸੀ ਜੀ। ਹੁਣ ਐਂ ਥੋੜ੍ਹੀ ਜਿਹੀ ਮੈਂ ਕਿਸੇ ਦਾ ਜਵਾਕ ਹੀ ਚੱਕ ਲੂੰਗਾ, ਮੈਂ ਨਹੀਂ ਚੱਕਿਆ ਜੀ ਕਿਸੇ ਦਾ ਜਵਾਕ। ਤੁਸੀਂ ਪਿੰਡ 'ਚੋਂ ਰਿਕਾਰਡ ਪਤਾ ਕਰ ਲਓ ਜੀ, ਮੈਂ ਤਾਂ ਲੋਕਾਂ ਨੂੰ ਵਿਆਜ 'ਤੇ ਪੈਸੇ ਦਿੰਦਾ, ਇਹਨੂੰ ਵੀ ਦਿੱਤੇ ਹੋਏ ਸੀ ਜੀ, ਮੈਂ ਕਿਸੇ ਦਾ ਜਵਾਕ ਜਵੂਕ ਨਹੀਂ ਚੱਕਿਆ ਜੀ, ਮੈਂ ਸੱਚ ਕਹਿਣਾ। ਚੱਲ ਕੋਈ ਗੱਲ ਨਹੀਂ, ਪਤਾ ਤਾਂ ਅਸੀਂ ਲਾ ਹੀ ਲੈਣਾ ਕਿਹਨੇ ਚੱਕਿਆ, ਜਿੰਨਾ ਚਿਰ ਅਸੀਂ ਕਹਿੰਦੇ ਨੇ ਨਾ ਪਿੰਡ 'ਚੋਂ ਬਾਹਰ ਨਹੀਂ ਜਾਣਾ। ਠੀਕ ਹੈ ਜੀ। ਹੋ ਸਕਦਾ ਤੈਨੂੰ ਦੁਬਾਰਾ ਬੁਲਾਉਣਾ ਪਵੇ। ਨਹੀਂ ਜਾਂਦਾ ਜੀ। ਹੌਲਦਾਰ ਛੱਡ ਦੇ ਇਹਨੂੰ ਖੁੱਲ੍ਹਾ। ਚੱਲ ਓਏ ਪਿੰਡੋਂ ਬਾਹਰ ਨਾ ਜਾਈ। ਜਨਾਬ ਮੈਨੂੰ ਮਾਮਲਾ ਥੋੜ੍ਹਾ ਟੇਢਾ ਲੱਗਦਾ ਹੈ, ਇਹ ਪੈਸਿਆਂ ਲਈ ਕਿਡਨੈਪਿੰਗ ਨਹੀਂ ਹੋਈ। ਹਰਪਾਲ। ਹਾਂਜੀ ਜਨਾਬ। ਮੈਨੂੰ ਲੱਗਦਾ ਸਾਲੀ ਕਿਡਨੈਪਿੰਗ ਹੋਈ ਹੋਈ ਨਹੀਂ। ਕੀ ਮਤਲਬ ਸਰ? ਚੱਲ ਐਂ ਕਰ ਦੁਕਾਨ ਵਾਲੇ ਕੋਲ ਜਾ ਕੇ ਪੁੱਛ ਵੀ ਕੀ ਹੋਇਆ ਅਸਲ ਦੇ ਵਿੱਚ, ਉਹ ਸਾਲਾ ਕੁਛ ਤਾਂ ਪਤਾ ਲੱਗੂ। ਮਿਲ ਗਿਆ ਜੀ ਮੇਰਾ ਗੁੱਲੀ, ਕਿੱਥੇ ਹੈ, ਨਾਲ ਕਿਉਂ ਨਹੀਂ ਲੈ ਕੇ ਆਏ ਤੁਸੀਂ? ਉਹ ਮਿਲ ਜੂਗਾ, ਰੋ ਨਾ ਤੂੰ, ਹੌਸਲਾ ਰੱਖ, ਬਸ ਤੂੰ ਚੁੱਪ ਕਰ, ਮਿਲ ਜੂਗਾ, ਹੌਸਲਾ ਰੱਖ ਥੋੜ੍ਹਾ ਜਿਹਾ। ਕੋਈ ਨਾ ਮਿਲ ਜੂਗਾ। ਅੱਛਾ ਰਿਸ਼ਤੇਦਾਰੀ 'ਚ ਪਤਾ ਕੀਤਾ ਤੁਸੀਂ? ਹਾਂ ਜੀ ਸਾਰੇ ਪਤਾ ਕਰ ਲਿਆ, ਕਿਤੇ ਕੋਈ ਨਹੀਂ ਪਤਾ ਲੱਗਿਆ। ਇੱਥੇ ਨੇੜੇ ਤੇੜੇ ਕੋਈ CCTV ਕੈਮਰਾ ਹੋਵੇ? ਕੈਮਰਾ ਜੀ ਸਰਪੰਚ ਦੇ ਘਰ ਮੂਹਰੇ ਤਾਂ ਲੱਗੇ ਹੋਏ ਨੇ, ਉਹਨਾਂ ਦਾ ਕੋਈ ਕੈਮਰਾ ਨਹੀਂ ਹੈਗਾ ਜੀ। ਜਨਾਬ ਸਰਪੰਚ ਦੇ CCTV ਕੈਮਰੇ ਦੀ ਫੋਟੋ ਦੇਖਦੇ ਹਾਂ, ਹੋ ਸਕਦਾ ਉੱਥੋਂ ਕੋਈ ਸੁਰਾਖ ਮਿਲੇ। ਹੋ ਸਕਦਾ, ਤੁਸੀਂ ਫਿਕਰ ਨਾ ਕਰੋ, ਬੱਚਾ ਤਾਂ ਅਸੀਂ ਲੱਭ ਕੇ ਛੱਡਾਂਗੇ। ਮਿਹਰਬਾਨੀ ਜੀ। ਆਹ ਕੌਣ? ਇਹ ਜੀ ਇਹਨਾਂ ਦੇ ਚਾਚੇ ਦਾ ਮੁੰਡਾ, ਆ ਕੋਲੀ ਘਰ ਹੈ ਇਹਨਾਂ ਦਾ। ਕੀ ਕੰਮ ਕਰਦਾ ਬਾਈ? ਆਹੀ ਜੀ ਬਸ ਮੰਡੀ 'ਚ ਮਾੜੇ ਮੋਟੇ ਠੇਕੇ ਠੁਕੇ ਜਿਹੇ ਲੈਂਦੇ ਜੀ। ਜਨਾਬ ਬੱਚੇ ਦਾ ਕੋਈ ਪਤਾ ਲੱਗਿਆ? ਸਾਡੇ ਸਾਰੇ ਟੱਬਰ ਨੂੰ ਟੈਨਸ਼ਨ ਹੋਈ ਪਈ ਹੈ ਜੀ। ਕੋਈ ਨਹੀਂ ਲੱਗ ਜੂ ਪਤਾ ਛੇਤੀ। ਪਤਾ ਨਹੀਂ ਮੇਰਾ ਗੁੱਲੀ ਕਿੱਥੇ ਚਲਾ ਗਿਆ, ਸਮਝ ਨਹੀਂ ਆ ਰਹੀ ਕੁਛ, ਕਿੱਥੇ ਸੌਂਦਾ ਹੋਊ, ਕਿੱਥੇ ਪੈਂਦਾ ਹੋਊ, ਉਹਨੇ ਖਾਇਆ ਵੀ ਹੋਣਾ ਕੁਛ। ਹੌਸਲਾ ਰੱਖ ਬਾਈ, ਮੈਂ ਸਮਝਦਾ ਤੇਰੇ ਦੁੱਖ ਨੂੰ।
ਹੈ, ਪਰ ਇਹ ਹਿੰਮਤ ਹਾਰਨਾ ਕੁਛ ਨਹੀਂ ਬਣਨਾ, ਬੜਾ ਔਖਾ ਹੁੰਦਾ ਯਾਰ। ਮੇਰੀ ਗੱਲ ਸੁਣ, ਇਹ ਬੈਠਿਆ ਕੰਮ ਨਹੀਂ ਚੱਲਣਾ, ਚੱਲ ਕੰਮ 'ਤੇ ਚੱਲੀਏ। ਜੇ ਕੁਛ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕੀ ਹੈ? ਉਹ ਭਾਬੀ ਕੁਛ ਖਾਧਾ ਵੀ ਇਹਨੇ? ਕਿੱਥੇ ਲੰਘਦੀ ਹੈ ਰੋਟੀ ਜਦੋਂ ਘਰ 'ਚ ਐਡੀ ਵੱਡੀ ਗੱਲ ਹੋਈ ਹੋਵੇ। ਅਸੀਂ ਤਾਂ 3 ਦਿਨਾਂ ਤੋਂ ਚੁੱਲ੍ਹਾ ਨਹੀਂ ਬਾਲ ਕੇ ਦੇਖਿਆ। ਚੱਲ ਕੋਈ ਨਾ, ਮੈਂ ਬੇਬੇ ਨੂੰ ਕਹਿਣਾ ਤੁਹਾਡੇ ਜੋਗੇ 4 ਰੋਟੀਆਂ ਲਾ ਦੂਗੀ, ਹੈ ਠੀਕ ਹੈ? ਮੈਂ ਲਿਆਉਂਦਾ ਰੋਟੀ, ਜਾ ਕੇ ਖਾ ਲਿਓ, ਹੈ ਜਿੰਨੀ ਖਾਣੀ ਖਾ ਲਿਓ। ਇਹਨੇ ਵੀ ਉੱਦਣ ਦੀ ਪੂਰੀ ਭੱਜ ਨੱਠ ਕਰ ਰੱਖਿਆ ਮੇਰੇ ਨਾਲ, ਜਿੱਦਣ ਦਾ ਗੁੱਲੀ ਗੁੰਮ ਹੋਇਆ ਨਾ ਉੱਦਣ ਦਾ ਇਹ ਵੀ ਮੇਰੇ ਨਾਲ ਭੱਜਿਆ ਫਿਰਦਾ ਵਿਚਾਰਾ। ਸਾਰੀਆਂ ਰਿਸ਼ਤੇਦਾਰੀਆਂ 'ਚ ਗਿਆ ਮੇਰੇ ਨਾਲ, ਤੇਲ ਦਾ ਪੂਰਾ ਨਹੀਂ ਪਵਾਇਆ, ਕਹਿੰਦਾ ਭਾਈ ਰਹਿਣ ਦੇ, ਪਹਿਲੀ ਮੁਸੀਬਤ ਆ ਰਹੀ ਤੇਰੇ ਪਰ ਤਾਂ। ਚੰਗਾ ਜੀ ਵਿਚਾਰਾ, ਹੋਰ ਇਹਨਾਂ ਦਾ ਕੋਈ ਸਕਾ ਨਹੀਂ ਕਰਦਾ। ਚੰਗਾ ਵਿਚਾਰਾ ਜੀ ਜਿਹੜਾ ਦੁੱਖ 'ਚ ਆਪਣੇ ਨਾਲ ਖੜਾ। ਬਸ ਮੇਰਾ ਗੁੱਲੀ ਮਿਲ ਜੇ। ਹਰਪਾਲ ਇਹ ਜਦੋਂ ਸਾਡਾ ਕੱਖ ਨਹੀਂ ਪਤਾ ਲੱਗਿਆ, ਬੱਚਾ ਗੈਬ ਕਿਵੇਂ ਹੋ ਗਿਆ? ਘਰ ਤੋਂ ਦੁਕਾਨ ਦੀ ਦੂਰੀ 100 ਗਜ ਆ ਯਾਰ, ਇੰਨੇ ਰਸਤੇ 'ਚ ਬੱਚਾ ਗੈਬ ਹੋ ਗਿਆ। ਕਮਾਲ ਦੀ ਗੱਲ ਇਹ ਆ ਵੀ ਕਿਸੇ ਨੇ ਦੇਖਿਆ ਵੀ ਨਹੀਂ। ਜਨਾਬ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਥੋੜ੍ਹਾ ਟੇਢਾ ਲੱਗਦਾ ਹੈ। ਹਰਪਾਲ ਐਂ ਕਰ, ਮੇਰੂ ਤੇ ਉਹਦੇ ਘਰ ਵਾਲੀ ਇੱਕੋ ਬੰਦਾ ਗੇਜਾ, ਉਹਨਾਂ ਤਿੰਨਾਂ ਦੇ ਫੋਨ ਦੀ ਪਿਛਲੇ 5 ਦਿਨਾਂ ਦੀ ਕਾਲ ਡਿਟੇਲ ਕਢਾ। ਸਰ ਇਹਨੇ ਰਜਿਸਟਰ ਮਾਰ ਦਿਓ ਤੁਸੀਂ, ਉਹਨਾਂ ਦਾ ਬੱਚਾ ਗਾਇਬ ਹੋਇਆ। ਉਹ ਹਰਪਾਲ ਕਈ ਵਾਰੀ ਹਨੇਰੇ 'ਚ ਛੱਡਿਆ ਹੋਇਆ ਤੀਰ ਵੀ ਨਾ ਟਿਕਾਣੇ 'ਤੇ ਲੱਗ ਜਾਂਦਾ ਹੁੰਦਾ, ਪੁਲਿਸ ਨੂੰ ਹਰ ਐਂਗਲ ਤੋਂ ਸੋਚਣਾ ਪੈਂਦਾ। ਫਟਾਫਟ ਕਰ ਤਿੰਨਾਂ ਦੀ ਕਾਲ ਡਿਟੇਲ ਕਢਾ। ਠੀਕ ਹੈ ਜਨਾਬ, ਫਿਰ ਦੇਖਦੇ ਹਾਂ, ਕੁਛ ਨਾ ਕੁਛ ਨਿਕਲੂ ਜ਼ਰੂਰ। ਜੈ ਹਿੰਦ ਸਰ। ਬੱਚਾ ਗਾਇਬ ਹੋਇਆ ਤਾਂ ਹੋਇਆ ਕਿੱਥੇ? ਉਹ ਵੀ ਮੇਰੇ ਇਲਾਕੇ 'ਚ, ਛੱਡਦਾ ਤਾਂ ਨਹੀਂ ਹੈਗਾ ਲੱਭਣੋਂ। ਬਾਈ ਮੇਰੂ ਅੱਜ 5 ਦਿਨ ਹੋ ਗਏ ਗੁੱਲੂ ਨੂੰ ਖੋਏ ਨੂੰ, ਹੈਂ ਕੋਈ ਗੱਲਬਾਤ ਦਾ ਪਤਾ ਨਹੀਂ ਲੱਗ ਰਿਹਾ। ਮੈਨੂੰ ਤਾਂ ਲੱਗਦਾ ਪੁਲਿਸ ਵੀ ਹੱਥ 'ਤੇ ਹੱਥ ਧਰੀ ਬੈਠੀ ਆ। ਹੁਣ ਕੀ ਕਰੀਏ ਆਪਾਂ, ਉਹ ਕਿੱਥੇ ਪਤਾ ਕਰੀਏ ਗੁੱਲੀ ਦਾ? ਮੈਨੂੰ ਤਾਂ ਲੱਗਦਾ ਮੇਰੇ ਬੱਚੇ ਨੂੰ ਮਾਰਤਾ ਕਿਸੇ ਨੇ, ਜੇ ਉਦੋਂ ਤੇਰੀ ਭਾਬੀ ਨਾਲ ਵਾਈ ਜਾਂਦੀ ਉਹਦੇ ਤਾਂ ਅੱਜ ਮੇਰਾ ਗੁੱਲੀ ਮੇਰੇ ਲਵੇ ਹੁੰਦਾ। ਲੈ ਦੱਸ ਜੀ, ਉਹ ਕਿਹੜਾ ਪਹਿਲੀ ਵਾਰੀ ਦੁਕਾਨ 'ਤੇ ਗਿਆ ਸੀ ਚੀਜ਼ ਲੈਣ? ਅੱਗੇ 10 ਵਾਰੀ ਜਾਂਦਾ ਉਹ ਦਿਨ 'ਚ। ਜੇ ਮੈਨੂੰ ਐਂ ਪਤਾ ਹੁੰਦਾ ਵੀ ਆਹ ਗੱਲ ਹੋ ਜੂਗੀ ਮੈਂ ਉਹਨੂੰ ਭੇਜਦੀ ਹੋਈ ਨਾ। ਉਹ ਭਾਬੀ ਬਾਈ ਆਹ ਰੋਟੀ ਭੇਜੀਏ ਬੀਬੀ ਨੇ, ਆਹ ਫੜੋ ਖਾ ਲਓ ਇਹਨੂੰ, ਹੈ ਨਾਲੇ ਆਪਾਂ ਪੁਲਿਸ ਕੋਲ ਪਤਾ ਕਰਦੇ ਹਾਂ ਜਾ ਕੇ, ਹੈ ਵੀ ਬਣਿਆ ਕੀ ਹੈ ਗੱਲ ਦਾ। ਰੋਟੀ ਖਾ ਲਓ, ਰੋਟੀ ਖਾ ਕੇ ਫਿਰ ਚੱਲਦੇ ਹਾਂ। ਮੈਨੂੰ ਆਵਾਜ਼ ਮਾਰ ਲਈ, ਠੀਕ ਹੈ ਮੈਂ ਘਰ ਹੀ ਹਾਂ ਵੀਰੇ, ਰੋਟੀ ਖਾ ਲਿਓ 2 ਵਜੇ ਨੇ। ਠੀਕ ਆ ਬਾਈ, ਖਾ ਲੈ ਇੱਕ ਅੱਧੀ ਰੋਟੀ। ਤੁਸੀਂ ਕਿਹੜਾ ਕੁਛ ਖਾਇਆ, ਤੁਸੀਂ ਖਾ ਲਓ ਜੀ, ਮੇਰੇ ਨਹੀਂ ਰੋਟੀ ਲੰਘਦੀ। ਮੇਰੇ ਕਿੱਥੋਂ ਲੰਘ ਜੂਗੀ, ਮੇਰੇ ਬੱਚੇ ਨੇ ਪਤਾ ਨਹੀਂ ਕੁਛ ਖਾਇਆ ਨਾ, ਪਤਾ ਨਾ ਪਤਾ ਨਹੀਂ ਭੁੱਖਣ ਪਾਣੀ ਕਿੱਥੇ ਫਿਰਦਾ।
ਜੈ ਹਿੰਦ ਸਰ। ਹਾਂ ਹਰਪਾਲ, ਕਢਾ ਲਈ ਕਾਲ ਡਿਟੇਲ? ਹਾਂ ਸਰ, ਲਿਆਂਦੀ ਜੀ, ਤਿੰਨਾਂ ਬੰਦਿਆਂ ਦੀ ਕਾਲ ਡਿਟੇਲ। ਲੱਭਿਆ ਕੁਛ? ਹਾਂ ਜੀ ਸਾਹਿਬ, ਬਥੇਰਾ ਕੁਛ ਲੱਭ ਗਿਆ, ਦੇਖੋ ਮਾੜਾ ਜਿਹਾ। ਅੱਛਾ, ਇਹ ਤਿੰਨਾਂ ਦੀ ਹੈ ਨਾ? ਹਾਂ ਜੀ ਸਰ, ਤਿੰਨਾਂ ਦੀ ਹੈ। ਛੇ ਮਾਰਚ ਨੂੰ ਆਹ ਨੰਬਰ 'ਤੇ 4 ਵਜੇ 2 ਕਾਲਾਂ ਹੋਈਆਂ ਨੇ। ਹਰਪਾਲ, ਇਹ ਕਿਵੇਂ ਹੋ ਸਕਦਾ? ਜਨਾਨੀ ਕਿਸੇ ਹੋਰ ਦੀ, ਫੋਨ ਕਿਸੇ ਹੋਰ ਨੂੰ ਕਰੇ, ਉਹ ਵੀ ਉਸੇ ਟਾਈਮ ਜਦੋਂ ਬੱਚਾ ਕਿਡਨੈਪ ਹੋਇਆ। ਉਹਨਾਂ ਨੇ ਰਿਪੋਰਟ 'ਚ ਲਿਖਾਇਆ ਆਪਾਂ ਨੂੰ ਵੀ 4 ਵਜੇ ਦੀ ਘਟਨਾ। ਐਂ ਕਰ, ਲਿਆ ਚੱਕ ਕੇ। ਠੀਕ ਹੈ ਜਨਾਬ, ਨਿਕਲੂ ਕੁਛ ਨਾ ਕੁਛ। ਜੈ ਹਿੰਦ ਜੀ। ਫਟਾਫਟ ਜਾ, ਅੱਜ ਕਰੀਏ ਹੱਲੇ ਦਾ ਵੀ। ਜਿੱਦਣ ਬੱਚਾ ਗੁੰਮ ਹੋਇਆ ਉਦਣ ਸ਼ਾਮ ਨੂੰ 4 ਤੋਂ 5 ਵਜੇ ਤੱਕ ਕਿੱਥੇ ਦੀ? 5 ਵਜੇ ਕੰਮ ਤੋਂ ਛੁੱਟੀ ਹੋਈ ਹੈ ਜੀ, ਰਾਹ 'ਚ ਸਾਨੇ ਬਹਿ ਕੇ ਦਾਰੂ ਪੀ। 6:30 ਮੈਂ ਘਰ ਆਇਆ, ਦੇਖਿਆ ਬੰਤ ਰੋ ਰਹੀ। ਮੈਂ ਪੁੱਛਿਆ ਵੀ ਕੀ ਹੋਇਆ? ਪਤਾ ਨਹੀਂ ਕਿੱਥੇ ਵੱਗ ਗਿਆ ਮੇਰਾ ਗੁੱਲੀ। ਚੁੱਪ ਕਰ ਧੀਏ, ਕੋਈ ਨਾ, ਲੱਭ ਜੂਗਾ। ਕੀ ਹੋਇਆ, ਕਿਉਂ ਰੋਈ ਜਾਂਦੀ ਆ? ਹੈ ਆਪਣਾ ਗੁੱਲੀ ਜੀ ਪਤਾ ਨਹੀਂ ਕਿੱਥੇ ਚਲਾ ਗਿਆ। ਉਹ ਉਰੀ ਹੁਣਾ ਖੇਡ ਰਿਹਾ ਉਹਨਾਂ ਜਵਾਕਾਂ ਨਾਲ, ਜਾਣਾ ਕਿੱਥੇ ਉਹਨੇ? ਦੁਕਾਨ 'ਤੇ ਭੇਜਿਆ ਸੀ ਉਹ ਚੀਜ਼ ਲੈਣ, ਮੁੜ ਕੇ ਆਇਆ ਹੀ ਨਹੀਂ। ਉਹ ਤਾਂ ਦੇਖਿਆ ਨਹੀਂ ਫਿਰ ਕਿਤੇ ਨੇੜੇ ਤੇੜੇ। ਮੈਂ ਤਾਂ ਸਾਰੇ ਪਾਸੇ ਦੇਖ ਲਿਆ, ਹਰ ਪਾਸੇ ਲੱਭਿਆ, ਮੈਨੂੰ ਤਾਂ ਕਿਤੇ ਨਹੀਂ ਮਿਲਿਆ। ਚੱਲ ਠੀਕ ਆ, ਤੂੰ ਬੈਠ ਮਾੜਾ ਜਿਹਾ, ਮੈਂ ਦੇਖ ਕੇ ਆਉਣਾ ਉਹਨੂੰ। ਫੜ ਬੈਗ। ਲੱਗਿਆ ਜੀ ਪਤਾ ਕੁਛ ਗੁੱਲੀ ਦਾ? ਨਹੀਂ, ਸਾਰੇ ਟੋਲਾ ਆਇਆ, ਮੈਂ ਤਾਂ ਕਿਤੇ ਨਹੀਂ ਥਿਆ ਮੈਨੂੰ। ਉਹ ਤੈਂ ਇਕੱਲੇ ਨੂੰ ਜਾਣੇ ਕਿਉਂ ਦਿਆ, ਨਾਲ ਵਗ ਜਾਂਦੀ। ਅੱਗੇ ਵੀ ਜਾਂਦਾ ਹੀ ਆ ਜੀ ਉਹ, ਮੈਨੂੰ ਕੀ ਪਤਾ ਸੀ। ਬਾਈ ਥਾਣੇ 'ਚ ਰਿਪੋਰਟ ਲਿਖਾ ਦਿਓ, ਅੱਜ ਕੱਲ੍ਹ ਬੱਚੇ ਚੱਕਣ ਵਾਲੇ ਬਹੁਤ ਫਿਰਦੇ ਨੇ। ਆਪਾਂ ਰਿਪੋਰਟ ਲਿਖਾਉਂਦੇ ਹਾਂ ਉਹਦੀ। ਚਲੋ ਚੱਲੀ। ਚਲ ਠੀਕ ਆ ਬਾਈ, ਮਾੜਾ ਜਿਹਾ ਘਰ ਦਾ ਖਿਆਲ ਰੱਖੀ, ਚੰਗਾ? ਕੋਈ ਗੱਲ, ਅਸੀਂ ਆਏ। ਜਾਓ, ਆ ਜਾ। ਬਸ ਆਹ ਗੱਲ ਆ ਜੀ। ਚੱਲ ਕੋਈ ਗੱਲ ਨਹੀਂ, ਜੇ ਦੁਬਾਰਾ ਲੋੜ ਪਈ ਨਾ ਫਿਰ ਬੁਲਾਵਾਂਗੇ। ਹੁਣ ਤੂੰ ਜਾ। ਹਰਪਾਲ। ਹਾਂ ਸਰ। ਦੂਜੇ ਨੂੰ ਲਿਆ ਬੁਲਾ ਕੇ। ਲਿਆਉਣਾ ਜੀ। ਲਿਆ, ਫਟਾਫਟ ਲਿਆ, ਕੇਸ ਸਾਲਾ ਉਲਝਦਾ ਜਾਂਦਾ। ਚਲੋ ਕੋਈ ਗੱਲ ਨਹੀਂ, ਕੇਸ ਦੀ ਤਹਿ ਤੱਕ ਤਾਂ ਪਹੁੰਚਾਂਗੇ ਪਹੁੰਚਾਂਗੇ। ਚਲ ਆ ਬਈ, ਬੈਠ ਇੱਧਰ। ਸਤਿ ਸ਼੍ਰੀ ਅਕਾਲ। ਬੈਠ ਬਈ। ਹਾਂ ਵੀ ਮਿੱਤਰਾ, ਸੱਚੋ ਸੱਚ ਦੱਸੀ, ਤੇਰਾ
ਮੇਰੂ ਦੀ ਜਨਾਨੀ ਨਾਲ ਕੀ ਚੱਕਰ ਆ? ਮੇਰੀ ਭਾਬੀ ਆ ਜਨਾਬ, ਗੁਆਂਢ 'ਚੋਂ। ਇਕੱਲੀ ਭਾਬੀ ਲੱਗਦੇ ਜਾਂ ਫਿਰ ਘਰ ਵਾਲੀ ਸਮਝਦਾ ਉਹਨੂੰ? ਕੀ ਗੱਲਾਂ ਕਰੀ ਜਾਂਦੇ ਹੋ, ਕਿਹੜੇ ਇਲਜ਼ਾਮ ਲਾਈ ਜਾਂਦੇ ਹੋ ਜਨਾਬ ਮੇਰੇ 'ਤੇ? ਮੈਂ ਬੇਅੰਤ ਭਾਬੀ ਨੂੰ ਭਾਬੀ ਦੀ ਨਜ਼ਰ ਨਾਲ ਹੀ ਦੇਖਦਾ। ਉਹ ਮੇਰੀ ਗੱਲ ਸੁਣ ਲਾ ਸਾਲਿਆ, ਆ ਫੋਨ ਫੜਾਈ ਮਾੜਾ ਜਿਹਾ ਤੇਰਾ, ਆ ਦੇਖ ਤੇਰਾ ਨੰਬਰ ਹੈ। ਮੇਰਾ ਹੀ ਜੀ। ਸਾਲਿਆ ਘਟਣ ਵਾਲੇ ਦਿਨ ਦੋ ਵਾਰੀ ਕਾਲ ਆਈ ਹੈ ਤੈਨੂੰ, ਕੀ ਲੱਗਦਾ ਤੇਰੀ ਓਏ? ਸਰ ਤੁਸੀਂ ਮੇਰੇ ਤੋਂ ਹੀ ਸ਼ੱਕ ਕਰੀ ਜਾਂਦੇ ਹੋ ਜੀ, ਸਾਡਾ ਹੀ ਬੱਚਾ ਗੁੰਮ ਹੋਇਆ, ਸਾਡੇ 'ਤੇ ਸ਼ੱਕ ਕਰੀ ਜਾਂਦੇ ਹੋ। ਮੇਰੇ ਸਾਲੇ ਦਾ ਤੂੰ ਗੱਲ ਨੂੰ ਘੁਮਾ ਨਾ, ਬੰਦਾ ਬਣ ਕੇ ਦੱਸ ਦੇ, ਨਹੀਂ ਸਾਲੇ ਨੂੰ ਕੇਲੇ ਵਾਂਗੂ ਛਿੱਲ ਦੂੰ। ਹਰਪਾਲ ਐਂ ਕਰ, ਥੋੜ੍ਹੀ ਜਿਹੀ ਸਰਵਿਸ ਕਰ ਸਾਲੇ ਦੀ, ਫਿਰ ਬੋਲਦਾ ਤੋਤੇ ਬਣਾਉਣਾ ਤੈਨੂੰ ਬੰਦਾ। ਲੈ ਜਾ ਇਹਨੂੰ ਸਾਲੇ ਨੂੰ ਧੱਕਾ ਜੀ, ਕੁਛ ਨਹੀਂ ਕੀਤਾ ਜੀ, ਧੋ ਇਹਨੂੰ ਸਾਲੇ, ਕੁਛ ਨਹੀਂ ਕੀਤਾ ਜੀ। ਆ ਨਾਲੇ ਚਾਹ ਭੇਜ ਮੇਰੇ ਵਾਸਤੇ। ਸਾਲਿਆਂ ਨੇ ਮਜ਼ਾਕ ਬਣਾ ਰੱਖਿਆ। ਕੇਸ ਸਾਲਾ ਜਾਈ ਕਿੱਧਰ ਜਾਂਦਾ? ਚਲੋ ਕੋਈ ਗੱਲ ਨਹੀਂ, ਮੁਜਰਮ ਲੱਭੇ ਬਿਨਾਂ ਤਾਂ ਨਹੀਂ ਛੱਡਦਾ। ਲਿਆਓ ਸਾਲੇ ਨੂੰ ਪਤਾਲ 'ਚੋਂ ਖਿੱਚ ਕੇ। ਚਲੋ ਏ ਬੈਠ ਇੱਥੇ। ਆਇਆ ਕੁਛ ਯਾਦ ਕਿ ਸਰਵਿਸ ਥੋੜ੍ਹੀ ਜਿਹੀ ਹੋਰ ਕਰੀਏ? ਮੂੰਹ ਪਰ ਚੱਕ ਜਨਾਬ ਜੀ। ਮੈਂ ਤੇ ਬੇਅੰਤ ਇੱਕ ਦੂਜੇ ਨੂੰ ਪਿਆਰ ਕਰਦੇ। ਅੱਛਾ, ਜਦ ਮੇਰੂ ਕੰਮ 'ਤੇ ਨਿਕਲ ਜਾਂਦਾ ਸੀ ਮੈਂ ਉਹਨਾਂ ਦੇ ਘਰੇ ਚਲਾ ਜਾਂਦਾ ਸੀ। ਪੁੱਤ ਸੋਹਣਾ ਸੋਹਣਾ ਪੜ੍ਹਿਆ ਕਰ, ਚੰਗਾ ਸੋਹਣੀ ਪੜ੍ਹਾਈ ਕਰਕੇ ਆਇਆ ਕਰ ਮੇਰਾ ਪੁੱਤ। ਠੀਕ ਹੈ ਮੰਮੀ। ਬੜਾ ਸਿਆਣਾ ਪੁੱਤ ਹੈ ਮੇਰਾ। ਹਾਂ ਵੀ ਗੁੱਲੀ ਹੋ ਗਿਆ ਤਿਆਰ? ਹਾਂ ਡੈਡੀ। ਅੱਛਾ ਤੁਸੀਂ ਰੋਟੀ ਪਾ ਲਈ? ਹਾਂ ਮੈਂ ਰੋਟੀ ਚੱਕ ਲਈ, ਉਹ ਮਿਸਤਰੀ ਆ ਗਿਆ ਉੱਥੇ, ਮੈਂ ਜਾ ਰਿਹਾ ਇਹਨੂੰ ਭੇਜਦੀ ਤਿਆਰ ਕਰਕੇ। ਹੈਂ ਠੀਕ ਹੈ, ਚੱਲ ਠੀਕ ਆ। ਠੀਕ ਹੈ ਜੀ, ਜਾਓ ਤੁਸੀਂ। ਚੱਲ ਪੁੱਤ ਕਿਤਾਬਾਂ ਦੇਵਾਂ ਤੈਨੂੰ ਅੰਦਰੋਂ। ਮੇਰੀ ਗੱਲ ਸੁਣ ਪੁੱਤ, ਤੂੰ ਨਾ ਪੜ੍ਹ ਕੇ ਨਾਲ ਦੀ ਨਾਲ ਸਕੂਲੋਂ ਘਰ ਆਇਆ ਕਰ, ਉੱਥੇ ਜਵਾਕਾਂ ਨਾਲ ਨਾ ਖੇਡਣ ਲੱਗਿਆ ਕਰ। ਜਾਪ ਮੇਰਾ ਪੁੱਤ। ਭਾਬੀ। ਹਾਂ ਵੀਰਾ ਚਲਾ ਗਿਆ ਕੰਮ 'ਤੇ। ਹਾਂ ਹਾਂ ਉਹ ਤਾਂ ਗਏ। ਉਹ ਭਾਬੀ ਗੱਲ ਕਹਾਂ ਇੱਕ, ਯਾਰਾ ਕੀ ਹਾਲ ਬਣਾ ਰੱਖਿਆ, ਇੰਨੀ ਸੋਹਣੀ ਸੁਨੱਖੀ ਹੈ ਤੂੰ, ਬਣ ਠਾਣ ਕੇ ਰਿਹਾ ਕਰ। ਨਾਲੇ ਤੈਨੂੰ ਪਤਾ ਜਦ ਪਿੰਡ 'ਚ ਵਿਹੋਲੀ ਆਈ ਸੀ ਨਾ, ਬੱਲੇ ਬੱਲੇ ਹੋਈ ਪਈ ਸੀ ਵੀ ਇੰਨੀ ਸੋਹਣੀ ਨੂੰਹ ਆਈ ਆ ਉਹਨਾਂ ਦੀ। ਨਾਲੇ ਮੇਰੀ ਗੱਲ ਸੁਣ ਲਾ, ਜੇ ਵੀਰਾ ਕੁਛ ਨਹੀਂ ਲੈ ਕੇ ਦਿੰਦਾ ਨਾ ਤਾਂ ਮੈਂ ਲੈ ਦਿਆ ਸੂਟ ਕੋਈ। ਤੇਰੀ ਮਰਜ਼ੀ ਹੈ। ਚੱਲ ਠੀਕ ਆ, ਹੱਥ ਨੇ ਫਿਰ ਮੈਂ ਲਿਆਉਂ, ਕਿਹੜੇ ਰੰਗ ਦਾ ਲਿਆਵਾਂ? ਤੂੰ ਆਪੀ ਦੇਖ ਲਈ, ਜਿਹੋ ਜਿਹਾ ਮਰਜ਼ੀ ਲਿਆ ਦੇ। ਠੀਕ ਆ ਫਿਰ, ਹੈ ਚੱਲਦਾ ਮੈਂ। ਇਹ ਗੇਜਾ ਵੀ ਨਾ ਦਿਲੋਂ ਤਾਂ ਬਥੇਰਾ ਕਰਦਾ ਮੇਰਾ, ਪਰ ਕਹਿਣੋ ਹੀ ਸੰਗਦਾ।
ਕਰਦੀ ਪਈ ਹੈ ਗੁੱਲੀ? ਭਾਬੀ ਉਹ ਕੀ ਕਹਿੰਦਾ, ਹੁਣ ਕੀ ਬਣੂਗਾ? ਸੋਚਦਿਆਂ ਐਂ ਕਰ, ਤੂੰ ਘਰੇ ਜਾ। ਹਾਂ ਚੁੰਨੀ ਲੈ ਜਾ, ਪੈਰ ਚ ਸਿਆਪਾ ਪੈ ਗਿਆ। ਵੇ ਗੁੱਲੀ ਗੱਲ ਸੁਣ, ਮੇਰੀ ਗੱਲ ਸੁਣ ਪੁੱਤ ਮੇਰੀ, ਮੈਂ ਮੇਰੇ ਸੋਹਣੇ ਪੁੱਤ ਨੂੰ ਚੀਜੀ ਦਵਾਉਂਗੀ। ਫਿਰ ਮੈਨੂੰ ਉਹਦਾ ਫੋਨ ਆਇਆ ਜੀ। ਹੈਲੋ ਹੈਲੋ ਗੇਜੇ, ਮੈਨੂੰ ਡਰ ਲੱਗੀ ਜਾਂਦਾ ਜੇ ਗੁੱਲੀ ਨੇ ਤੇਰੇ ਬਾਈ ਨੂੰ ਦੱਸਤਾ ਵੀ ਉਹਨੇ ਤਾਂ ਮੈਨੂੰ ਮਾਰ ਦੇਣਾ। ਕੁਛ ਕਰ ਤੂੰ। ਮੈਂ ਕੀ ਕਰਾਂ ਯਾਰ, ਮੈਂ ਤਾਂ ਆਪ ਬੜਾ ਪਰੇਸ਼ਾਨ ਹੋਇਆ ਪਿਆ, ਤੂੰ ਦੱਸ ਕਿਵੇਂ ਕਰਾਂ? ਮੇਰੀ ਗੱਲ ਸੁਣ, ਜੇ ਆਪਾਂ ਬਚੇ ਰਹਿਣਾ ਨਾ ਮਾਰ ਦੇ ਗੁੱਲੀ ਨੂੰ। ਉਹ ਤੂੰ ਪਾਗਲ, ਇਹਨੂੰ ਮਾਰ ਕੇ ਜੇਲ੍ਹ ਜਾਣਾ ਆਪਾਂ ਨੇ। ਮੈਂ ਮੈਨੂੰ ਮਾਰਦਾ ਜਵਾਕ ਨੂੰ? ਤੂੰ ਇੱਕ ਮਿੰਟ ਖੜ, ਮੈਂ ਤੇਰੇ ਕੋਲ ਆਇਆ, ਆ ਕੇ ਗੱਲ ਕਰਦਾ ਮੈਂ। ਛੇਤੀ ਆ ਜਾ, ਛੇਤੀ ਆ, ਛੇਤੀ। ਹਾਂ ਦੱਸ ਕੀ ਕਹਿੰਦੀ? ਮੇਰੀ ਗੱਲ ਸੁਣ ਗਏ ਜੀ, ਮੈਂ ਨਾ ਗੁੱਲੀ ਨੂੰ ਚੀਜ਼ ਲੈਣ ਦੇ ਬਹਾਨੇ ਦੁਕਾਨ 'ਤੇ ਭੇਜਦੀ ਹਾਂ, ਤੂੰ ਉਹਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਜੀ, ਅਤੇ ਉਹਨੂੰ ਮਾਰ ਕੇ ਭਾਖੜਾ 'ਚ ਸਿੱਟ ਦੀ, ਅਤੇ ਮੈਂ ਰੌਲਾ ਪਾ ਦੂੰਗੀ ਕਿ ਗੁੱਲੀ ਲਾਪਤਾ ਹੋ ਗਿਆ, ਅਤੇ ਪੁਲਿਸ ਕੰਪਲੇਂਟ ਵੀ ਮੈਂ ਆਪ ਹੀ ਲਿਖਾ ਦੂੰਗੀ। ਜੇ ਕਿਸੇ ਨੇ ਦੇਖ ਲਿਆ ਨਾ, ਸਿਆਪਾ ਪੈ ਜੂ, ਫੜੇ ਜਾਵਾਂਗੇ ਆਪਾਂ, ਜੇਲ੍ਹ 'ਚ ਰਹਿਣਾ ਪਊਗਾ ਕਈ ਸਾਲ। ਜੇ ਰੋਜ਼ ਤੂੰ ਮੈਨੂੰ ਮਿਲਣਾ ਕਰਨਾ ਨਾ ਤਾਂ ਤੈਨੂੰ ਇਹ ਕੰਮ ਕਰਨਾ ਹੀ ਪੈਣਾ, ਨਹੀਂ ਮੈਨੂੰ ਆਪਦੀ ਤੂੰ ਸ਼ਕਲ ਨਾ ਦਿਖਾਈ, ਜਾਂ ਦਫਾ ਆ ਜਾ ਇੱਥੋਂ। ਤੂੰ ਐਂ ਕਿਉਂ ਕਹਿੰਦੀ ਆ ਯਾਰ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਤੂੰ ਜੋ ਕਹਿੰਦੀ ਮੈਂ ਉਹੀ ਕਰੂੰਗਾ। ਫਿਰ ਮੇਰੀ ਗੱਲ ਸੁਣ, ਜਿਹੜਾ ਕੁਛ ਤੈਨੂੰ ਮੈਂ ਕਿਹਾ ਨਾ ਤੈਨੂੰ ਕਰਨਾ ਪੈਣਾ, ਮੈਂ ਉਹਨੂੰ ਦੁਕਾਨ 'ਤੇ ਭੇਜਦੀ ਹਾਂ ਅਤੇ ਤੂੰ ਉਹਨੂੰ ਉੱਥੇ ਹੀ ਗਾਇਬ ਕਰ ਦੀ। ਮੇਰੀ ਗੱਲ ਸੁਣ, ਥੋੜ੍ਹਾ ਧਿਆਨ ਨਾਲ ਅੱਗਾ ਪਿੱਛਾ ਦੇਖ ਲਈ, ਦੇਖ ਲਈ ਕੋਈ ਸੀ ਸੀ ਟੀ ਵੀ ਕੈਮਰਾ ਤਾਂ ਨਹੀਂ ਲੱਗਿਆ ਹੋਇਆ। ਚੱਲ ਠੀਕ ਆ, ਭੇਜ ਉਹਨੂੰ। ਚੱਲ ਠੀਕ ਹੈ, ਤੂੰ ਜਾ, ਮੈਂ ਭੇਜਦੀ ਹਾਂ ਉਹਨੂੰ। ਬਸ ਫਿਰ ਉਹਨੇ ਗੁੱਲੂ ਨੂੰ ਚੀਜ਼ ਲੈਣ ਭੇਜਤਾ ਜੀ, ਮੈਂ ਰਸਤੇ 'ਚ ਮੋਟਰਸਾਈਕਲ ਲਾ ਕੇ ਜੀ ਵਰਗਲਾ ਕੇ ਚੱਕ ਲਿਆ ਜੀ ਬੱਚੇ ਨੂੰ, ਵੀ ਤੈਨੂੰ ਸਮਾਨ ਲੈ ਕੇ ਦਊਗਾ ਖਾਣ ਨੂੰ। ਗੁੱਲੀ ਪੁੱਤ, ਗੁੱਲੀ। ਹਾਂ ਮੰਮੀ। ਉਰੇ ਆ ਪੁੱਤ। ਕੀ ਆ ਮੰਮੀ? ਆ ਲੈ ਪੁੱਤ ਪੈਸੇ, ਚੀਜ਼ੀ ਲਿਆ ਜਾ ਦੁਕਾਨ ਤੋਂ ਜਾ ਕੇ। ਕੀ ਆ ਮੰਮੀ? ਜਾ ਮੇਰਾ ਪੁੱਤ। ਆਏ ਨਹੀਂ ਹਾਲੇ ਤੱਕ, ਹੱਟੀ ਤੋਂ ਤਾਂ ਇੱਧਰ ਨੂੰ ਆਊਗਾ। ਓਏ ਗੁੱਲੀ, ਇਹ ਕਿੱਧਰ ਫਿਰਦਾ? ਚੀਜ਼ੀ ਲੈਣ ਗਿਆ। ਓਏ ਵੈਰੀ ਗੁੱਡ, ਤੈਨੂੰ ਹੋਰ ਚੀਜ਼ੀ ਦਿਖਾ ਕੇ ਲਿਆਵਾਂ? ਮੈਂ ਲਿਆਇਆ ਚੀਜ਼ੀ। ਤੇਰੀ ਮੰਮੀ ਨੇ ਕਿਹਾ ਸੀ ਵੀ ਗੁੱਲੀ ਨੂੰ ਹੋਰ ਚੀਜ਼ੀ ਦਵਾ ਲਈ ਸ਼ਹਿਰ ਤੋਂ। ਅੱਛਾ ਚਲੋ ਫਿਰ। ਚੱਲ ਚੱਲ ਬੈਠ, ਬਹਿ ਜਾ ਬਹਿ ਜਾ, ਮੂਹਰੇ ਬਹਿ ਜਾ। ਚੀਜ਼ੀਆਂ ਖਾਊਗਾ ਗੁੱਲੀ, ਚੀਜ਼ੀਆਂ ਖਾਊਗਾ, ਹੈ ਨਾ? ਚੀਜ਼ੀਆਂ ਖਾਊਗਾ ਨਾ, ਹੈ ਨਾ? ਚੱਲ ਚੱਲ ਫਿਰ, ਤੁਸੀਂ ਚੀਜ਼ੀ ਦਵਾਵਾਂ। ਬਸ ਜੀ ਫਿਰ ਮੈਂ
ਪਾਗੜਾ ਸਿੱਟਦਾ ਜੀ, ਪਾਗੜਾ ਸਿੱਟਦਾ ਜੀ ਉਹਨੂੰ। ਸਾਲਿਆ ਤੀਵੀਂ ਪਿੱਛੇ ਜਵਾਕ ਮਾਰਦਾ ਓਏ, ਹੈਂ ਪੋਟਾ ਪੋਟਾ ਤੋੜ ਦੇ। ਤੈਨੂੰ ਮੈਂ ਬਣਾਉਣਾ ਜਵਾਕ ਮਾਰਦਾ, ਜਵਾਕ ਤੇ ਨੀ ਤਰਸ ਆਇਆ ਤੈਨੂੰ, ਤੈਨੂੰ ਮੈਂ ਢੰਗਦਾ ਪੁੱਠਾ। ਓਹਨੂੰ ਵੀ ਲਿਆਓ ਚੱਕ। ਹਾਂਜੀ ਜਨਾਬ, ਓਹਨੂੰ ਵੀ ਲਿਆਉਣੇ ਚੱਕ ਕੇ।